ਇੱਕ ਦੀਵਾਰ ਦਾ ਭਜਨ ਸਫਰ ਆਈ ਸਾਹਿਬ ਗਈ ਤੇ ਸਰ ਦੇ ਵਾਲ ਤੇ ਵੱਲੀ ਇੱਕ ਦੀਵਾਰ ਦਾ ਸਫਰ ਕਰਕੇ ਵੱਲੀ ਬਾਬਾ ਜੀ ਤਾਂ ਕਮਰ ਵੀ ਝੁਕੀ ਹੋਈ ਵਾਲ ਵੀ ਸਫੈਦ ਅੱਛਾ ਸਿਰ ਬੁੱਢੜੀ ਹੋ ਵੰਨਿਆ ਤਾਂ ਸ਼ੀਆ ਨਾ ਰੋਵੇ ਨਾਲ ਜ਼ਖਮੀ ਵੱਲੀ ਹਿਵੇ ਪਿਓ ਦੇ ਦਰਬਾਰ ਜਿਹੜਾ ਰੋਂਦਾ ਨਹੀਂ ਹਾਈ ਸਾਹਿਬ ਮਜਲਸ ਚ ਨਹੀਂ ਆਉਂਦਾ ਜਿਹੜਾ ਮਜਲਸ ਚ ਨਹੀਂ ਆਉਂਦਾ ਮੇਰੇ ਤੁਹਾਡੇ ਹੁਸੈਨ ਦਾ ਕੁਝ ਨਹੀਂ ਲੱਗਦਾ ਸਹੀ ਲਾਲ ਸਬਜ਼ਰ ਹਰ ਮੁਸਲਮਾਨ ਦੇ ਅੱਗੋਂ ਹੱਥ ਮੰਨੀ ਖੜੇ ਉਹ ਮੁਸਲਮਾਨ ਬੇਸ਼ੱਕ ਨਾ ਰੋਵੇ ਜਿਹੜਾ ਆਪਣੇ ਜਨਾਜ਼ਿਆਂ ਤੇ ਨਹੀਂ ਰੋਂਦਾ ਮੈਂ ਤੁਹਾਨੂੰ ਵਕਤ ਵੀ ਦੇਣਾ ਸੋਚੋ ਜਿਹੜਾ ਬੰਦਾ ਆਪਣੇ ਜਨਾ ਕੋਈ ਘਰ ਨਹੀਂ ਜਿਹਨੂੰ ਮੌਤ ਨਹੀਂ ਰੋਵਾਇਆ ਅਗਰ ਆਪਣਿਆਂ ਨੂੰ ਨਹੀਂ ਰੋ ਸਕਦੇ ਤਾਂ ਬੇਸ਼ੱਕ ਮਸੂਮਾਂ ਨੂੰ ਨਾ ਰੋ ਪਰ 15 ਰੋਜ਼ਾ ਜਨਾ ਚਾਵਣ ਵਾਲੀ ਉਮਰ